ਮਾਨਯੋਗ ਐਸ ਐਸ ਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਜਿਹੜੀ ਅਲੱਗ ਅਲੱਗ ਗਰੋਹ ਜਿਹੜੇ ਸਰਗਰਮ ਸੀਗੇ ਲੁੱਟਾਂ ਖੋਹਾਂ ਅਤੇ ਚੋਰੀਆਂ ਕਰਨ ਵਾਲੇ ਉਹਨਾਂ ਦੇ ਖਿਲਾਫ਼ ਕਾਰਵਾਈ ਕਰਦਿਆਂ ਸਭ ਤੋਂ ਪਹਿਲਾਂ ਭਿੱਖੀਵਿੰਡ ਸਬ ਡਿਵੀਜ਼ਨ ਵੱਲੋਂ ਡੀ ਐਸ ਪੀ ਭਿੱਖੀਵਿੰਡ ਅਤੇ ਐਸ ਐਚ ਓ ਖਾਲੜੇ ਵੱਲੋਂ ਇੱਕ ਦੋ ਜਾਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹਨਾਂ ਦੋਵਾਂ ਜਾਣਿਆਂ ਨੂੰ ਸਲਵਿੰਦਰ ਸਿੰਘ ਉਰਫ਼ ਗੈਰੋਂ ਅਤੇ ਜੋਗਿੰਦਰ ਅਤੇ ਰੋਬਿਨ ਸਿੰਘ ਇਹਨਾਂ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਕੋਲੋਂ ਹੈਰੋਇਨ 110 ਗ੍ਰਾਮ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਸੀ ਜਿਸ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀਗਾ। ਉਸੇ ਮੁਕੱਦਮੇ ਨੂੰ ਫੋਲੋ ਅਪ ਕਰਦਿਆਂ ਇਸ ਕੜੀ ਦੇ ਵਿੱਚ ਉਹਨਾਂ 9 ਮੋਟਰਸਾਈਕਲ ਹੋਰ ਜਿਹੜੇ ਅਲੱਗ ਅਲੱਗ ਥਾਵਾਂ ਤੋਂ ਇਹਨਾਂ ਚੋਰੀ ਕੀਤੇ ਸੀ ਉਹ ਬਰਾਮਦ ਕੀਤੇ। ਇਸ ਮੋਡਿਊਲ ਦੇ ਵਿੱਚ ਕੁੱਲ 10 ਮੋਟਰਸਾਈਕਲ ਅਤੇ ਹੈਰੋਇਨ ਇਹਨਾਂ ਕੋਲ ਬਰਾਮਦ ਹੋਈ ਹੈ। ਇੱਕ ਪਿਛਲੇ ਦਿਨੀ ਚੋਲਾ ਸਾਹਿਬ ਥਾਣੇ ਵੱਲੋਂ ਇੱਕ ਮੁਕੱਦਮਾ ਦਰਜ ਕੀਤਾ ਗਿਆ ਸੀਗਾ ਕਾਫੀ ਜਾਣਿਆਂ ਦੇ ਉੱਤੇ, ਜਿਹੜਾ ਇੱਕ ਗਰੋਹ ਸੀਗਾ ਜਿਹੜਾ ਅਲੱਗ ਅਲੱਗ ਚੋਰੀ ਦੀਆਂ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀਗਾ। ਉਸ ਦੇ ਵਿੱਚ ਦੋ ਦੋਸ਼ੀ ਪਹਿਲਾਂ ਜਿਹੜੇ ਅਰੈਸਟ ਕੀਤੇ ਸੀ, ਉਹਨਾਂ ਕੋਲੋਂ ਦੋ ਵੈਪਨ ਜਿਹੜੇ ਬਰਾਮਦ ਹੋਏ ਸੀ। ਉਸੇ ਕੜੀ ਦੇ ਵਿੱਚ ਦੋ ਦੋਸ਼ੀਆਂ ਨੂੰ ਹੋਰ ਗ੍ਰਿਫ਼ਤਾਰ ਕੀਤਾ ਗਿਆ ਜਿਹਦੇ 'ਚ ਰਾਜਵੀਰ ਸਿੰਘ ਅਤੇ ਗੁਰਚਰਨ ਸਿੰਘ ਚੰਨਾ ਜਿਹੜੇ ਸ਼ਾਮਿਲ ਨੇ। ਉਹਨਾਂ ਦੋਨਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਕੋਲੋਂ ਇੱਕ ਵੈਪਨ ਬਰਾਮਦ ਹੋਇਆ। ਉਹ ਬਰਾਮਦਗੀ ਤੋਂ ਬਾਅਦ ਜਦੋਂ ਇਹਨਾਂ ਕੋਲ ਜਿਹੜੀ ਹੋਰ ਪੁੱਛਗਿੱਛ ਕੀਤੀ ਗਈ ਅਤੇ ਇਹਨਾਂ ਦੋਨਾਂ ਨੇ ਕਰੀਬ 40 ਤੋਂ 50 ਵਾਰਦਾਤਾਂ ਜਿਹੜੀਆਂ ਟਰੱਕ ਅਤੇ ਹੋਰ ਵਹੀਕਲ ਚੋਰੀ ਦੀਆਂ ਜਿਹੜੀਆਂ ਉਹ ਇਹਨਾਂ ਨੇ ਕੀਤੀਆਂ ਨੇ। ਇਹ ਦੋਵੇਂ ਜਿਹੜੇ ਨੇ ਪੁਰਾਣੇ ਟਰੱਕ ਅਤੇ ਹੋਰ ਵਹੀਕਲ ਚੋਰੀ ਦੀਆਂ ਜਿਹੜੀਆਂ ਉਹ ਇਹਨਾਂ ਨੇ ਕੀਤੀਆਂ ਨੇ। ਇਹ ਦੋਵੇਂ ਜਿਹੜੇ ਨੇ ਪੁਰਾਣੇ ਕਾਫੀ ਨੋਟੋਰੀਅਸ ਜਿਹੜੇ ਕ੍ਰਿਮੀਨਲ ਨੇ, ਇਹਨਾਂ ਦੇ ਕਰੀਬ 20-22 ਦੇ ਕਰੀਬ ਜਿਹੜੇ ਮੁਕੱਦਮੇ ਦਰਜ ਨੇ ਅਤੇ ਕਈਆਂ ਮੁਕੱਦਮਿਆਂ ਦੇ ਵਿੱਚ ਅਜੇ ਤੱਕ ਇਹਨਾਂ ਦੀ ਅਰੈਸਟ ਵੀ ਪੈਣ ਵਾਲੀ ਰਹਿੰਦੀ ਹੈ ਅਤੇ ਕਾਫੀ ਇਹਨਾਂ ਇਸ ਏਰੀਏ ਦੇ ਵਿੱਚ ਅੰਮ੍ਰਿਤਸਰ ਅਤੇ ਉਸ ਦੇ ਨਾਲ ਲੱਗਦੇ ਅਤੇ ਤਰਨ ਤਾਰਨ ਦੇ ਵਿੱਚ ਇਹਨਾਂ ਕਾਫੀ ਵਾਰਦਾਤਾਂ ਨੂੰ ਜਿਹੜੀਆਂ ਟਰੱਕ ਚੋਰੀ ਕਰਨ ਦੀਆਂ ਅਤੇ ਹੋਰ ਵਹੀਕਲ ਚੋਰੀ ਕਰਨ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਇੱਥੋਂ ਅੰਜਾਮ ਦਿੱਤਾ ਸੀਗਾ। ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਇਹ ਇੱਥੋਂ ਵਹੀਕਲ ਚੋਰੀ ਕਰਨ ਤੋਂ ਬਾਅਦ ਇਹਨੂੰ ਆਊਟ ਆਫ ਸਟੇਟ ਵੀ ਜਿਹੜੇ ਆ ਉਹ ਅਲੱਗ ਅਲੱਗ ਥਾਵਾਂ ਦੇ ਉੱਤੇ ਜਿਹੜਾ ਉਹ ਵੇਚ ਕੇ ਆਉਂਦੇ ਸੀਗੇ ਅਤੇ ਇਸ 'ਤੇ ਜਿਹੜਾ ਹੁਣ ਅੱਗੇ ਕਾਰਵਾਈ ਕਰਕੇ ਇਹਨਾਂ ਤੋਂ ਜਿਹੜੀ ਆ ਅਗਲੀ ਬਰਾਮਦਗੀ ਕੀਤੀ ਜਾਊਗੀ। ਇਸ ਤੋਂ ਇਲਾਵਾ CIA ਤਰਨ ਤਾਰਨ ਵੱਲੋਂ ਇੱਕ ਦੋਸ਼ੀ ਜਿਹੜਾ ਆ ਉਹ ਜਸਪਾਲ ਸਿੰਘ ਉਰਫ ਭਿੰਡੀ ਜਿਹੜਾ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਦੇ ਕੋਲੋਂ ਦੋ ਜਿਹੜੇ ਆ ਉਹ ਵੈਪਨ ਬਰਾਮਦ ਕਰਕੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ। ਸਰ ਹੋਰ ਵੀ ਆਸਾ ਕੀ ਹੁੰਦੀ? ਹਾਂਜੀ, ਇਹਦੇ ਵਿੱਚ ਜਿਸ ਤਰ੍ਹਾਂ ਚੋਲਾ ਸਾਹਿਬ ਵਾਲੀ ਤਫਤੀਸ਼ 'ਚ ਗੱਲ ਕਰੀਏ ਇਹਦੇ ਵਿੱਚ ਹੋਰ ਦੋਸ਼ੀ ਵੀ ਸਾਡੇ ਫੜਨ ਵਾਲੇ ਰਹਿੰਦੇ ਨੇ ਜਿਨ੍ਹਾਂ ਕੋਲ ਇਹ ਲੁੱਟ ਦਾ ਸਮਾਨ ਗਿਆ ਹੈ ਅਤੇ ਜਾਂ ਜਿਨ੍ਹਾਂ ਕੋਲ ਇਹ ਚੋਰੀ ਦੀਆਂ ਜਿਹੜੀਆਂ ਚੀਜ਼ਾਂ ਗਈਆਂ ਨੇ। ਹੋਰ ਵੀ ਜਿਹੜੀ ਪੁੱਛਗਿੱਛ ਦੇ ਵਿੱਚ ਹੋਰ ਚੀਜ਼ਾਂ ਵੀ ਸਾਹਮਣੇ ਆਈਆਂ ਨੇ, ਜਿੱਦਾਂ ਰਾਜਵੀਰ ਸਿੰਘ ਨੇ ਕਾਫੀ ਮੋਬਾਈਲ ਫੋਨ ਜਾਂ ਹੋਰ ਚੀਜ਼ਾਂ ਜਿਹੜੀਆਂ ਅੰਮ੍ਰਿਤਸਰ ਜਾਂ ਦੇ ਅਡਜੋਨਿਕ ਇਲਾਕਿਆਂ ਦੇ ਵਿੱਚੋਂ ਜਿਹੜੀਆਂ ਖੋਹੀਆਂ ਅਤੇ ਚੋਰੀ ਕੀਤੀਆਂ ਨੇ ਉਹ ਕਿੱਥੇ ਵੇਚੀਆਂ ਨੇ, ਕਿਹਨਾਂ ਨੂੰ ਵੇਚੀਆਂ ਨੇ, ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਇਹਦੇ ਵਿੱਚ ਹੋਰ ਬਰਾਮਦਗੀ ਜਿਹੜੀ ਆ ਉਹ ਹੋਏਗੀ। ਹਾਂਜੀ, ਆਜੋ ਬੱਚਿਓ, ਆਜੋ ਆਜੋ।